ਮੈਨੂੰ ਤੁਸੀਂ ਗੋਲੀ ਮਾਰ ਦਿਓ, ਮੈਂ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਕਰਾਂਗਾ, ਮੈਨੂੰ ਤੁਸੀਂ ਗੋਲੀ ਮਾਰ ਦਿਓ। ਮੇਰਾ ਗੋਲੀ ਮਾਰਨੀ ਹੋਵੇ, ਮੇਰਾ ਸਿਰ ਪਾੜਨਾ ਹੋਵੇ, ਮੇਰਾ ਕੁਝ ਕਰਨਾ ਹੋਵੇ, ਭਾਈ ਮੈਨੂੰ ਜੇਕਰ ਕੁਝ ਹੁੰਦਾ ਤੇ ਇਹ ਰੇੜੀਆਂ ਵਾਲੇ ਜਿਹੜੇ ਨੇ ਇਹ ਜ਼ਿੰਮੇਵਾਰ ਹੋਣਗੇ, ਪ੍ਰਸ਼ਾਸਨ ਇਹ ਗੱਲ ਵੇਖ ਲਵੇ। ਜੇਕਰ ਮੇਰੇ ਅੱਖਰਾਂ 'ਚ ਵੀ ਆਉਂਦੀ ਹੈ ਤੇ ਇਹ ਹੋਣਗੇ। ਤੁਸੀਂ ਕਹਿ ਤਾਂ ਜਾਓ ਅਸੀਂ ਕੱਲ੍ਹ। ਮੇਰਾ ਨਾਮ ਹੈ ਜੀ ਤੇਜਿੰਦਰਪਾਲ ਸਿੰਘ। ਅੱਜ ਕੀ ਸਮੱਸਿਆ ਆ ਰਹੀ ਜੀ? ਅੱਜ ਦੁਕਾਨਾਂ ਕਹਿੰਦੇ ਨੇ ਬੰਦ ਕੀਤੀਆਂ ਨੇ। ਸਾਡਾ ਪੁਰਾਣਾ ਅਬੋਰੀ ਅੱਡਾ ਤੇ ਮੀਟ ਮਾਰਕੀਟ ਇਹ ਬੰਦ ਹੈ ਜੀ ਅੱਜ ਤੇ ਅਨਿਸ਼ਚਿਤ ਕਾਲ ਲਈ ਬੰਦ ਹੋਈ ਹੈ। ਸਮੂਹ ਦੁਕਾਨਦਾਰਾਂ ਦੀ ਮੰਗ ਹੈ ਜੀ ਕਿ ਫਾਜ਼ਿਲਕਾ ਦੇ ਵਿੱਚ ਪ੍ਰਸ਼ਾਸਨ ਆਪਦੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀਂ ਨਿਭਾ ਰਿਹਾ। ਸਰਕਾਰ ਨੇ ਸਟਰੀਟ ਵੈਂਡਰ ਐਕਟ ਫਾਜ਼ਿਲ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਲਾਗੂ ਕਰਤਾ, ਮਗਰ ਫਾਜ਼ਿਲਕਾ ਦਾ ਜਿਹੜਾ ਈਓ ਹੈ ਇਹ ਸੁੱਤਾ ਪਿਆ ਜੀ। ਇਹ ਫਾਜ਼ਿਲਕਾ 'ਚ ਨਾ ਤਾਂ ਸਟਰੀਟ ਵੈਂਡਰ ਐਕਟ ਲਾਗੂ ਕਰ ਰਿਹਾ ਜੀ, ਜਿਹਦਾ ਕਿ ਖਮਿਆਜਾ ਆਮ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿੱਥੇ ਆਮ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਉੱਥੇ ਛੋਟੇ ਬੱਚਿਆਂ ਨੂੰ ਵੀ ਭੁਗਤਣਾ ਪੈ ਰਿਹਾ। ਰੇਹੜੀਆਂ ਵਾਲੇ ਜਿਹੜੇ ਹੈ ਉਹ ਅਣਅਧਿਕਾਰਤ ਤੌਰ 'ਤੇ ਇਸ ਬਾਜ਼ਾਰ ਦੇ ਵਿੱਚ ਰੇਹੜੀਆਂ ਲਾਉਂਦੇ ਨੇ, ਅਗਰ ਇਹਨਾਂ ਨੂੰ ਕੋਈ ਰੋਕਦਾ ਤਾਂ ਇਹ ਬੰਦੇ ਦੇ ਗਲ ਪੈਣ ਤੱਕ ਜਾਂਦੇ ਨੇ। ਸ਼ਰੀਫ ਆਦਮੀ ਇਹਨਾਂ ਨੂੰ ਹੱਥ ਜੋੜ ਕੇ ਘਰੇ ਵਾਪਸ ਆ ਜਾਂਦਾ ਵੀ ਮੈਂ ਲੜਾਈ ਨਹੀਂ ਕਰਨੀ। ਦੂਜੀ ਗੱਲ ਹੈ, ਜੇ ਮੈਂ ਗੱਲ ਕੀਤੀ ਬੱਚਿਆਂ ਦੀ ਤਾਂ ਇੱਥੇ ਸਭ ਤੋਂ ਮਾਹਰ ਡਾਕਟਰ ਜਿਹੜੇ ਫਾਜ਼ਿਲਕਾ ਨੇ, ਡਾਕਟਰ ਰਾਜਨ ਕੱਕੜ ਬੱਚਿਆਂ ਦੇ, ਉਹਨਾਂ ਦਾ ਹਸਪਤਾਲ ਹੈ ਜੀ। ਉਹਨਾਂ ਦੇ ਹਸਪਤਾਲ ਦੇ ਅੱਗੇ ਰੇਹੜੀਆਂ ਲੱਗ ਜਾਂਦੀਆਂ, ਮਰੀਜ਼ ਦੇ ਆਉਣ ਜਾਣ ਦੀ ਕੋਈ ਸੁਵਿਧਾ ਨਹੀਂ ਜੀ। ਅਗਰ ਰੱਬ ਨਾ ਕਰੇ ਕਿਸੇ ਬੱਚੇ ਨੂੰ ਮੈਡੀਕਲ ਐਮਰਜੈਂਸੀ ਦੀ ਜ਼ਰੂਰਤ ਹੋਏ ਤਾਂ ਡੇਢ ਘੰਟਾ ਲੱਗ ਜਾਂਦਾ, ਬੰਦਾ ਉੱਥੋਂ ਪਿੰਡੋਂ ਜਾਂ ਸ਼ਹਿਰੋਂ ਤਾਂ ਨਿਕਲ ਕੇ ਆ ਜਾਂਦਾ। ਪਰ ਇਸ ਬਾਜ਼ਾਰ 'ਚ ਡੇਢ ਘੰਟਾ ਚਾਹੀਦਾ ਉਸ ਬੱਚੇ ਨੂੰ ਆਪਦੀ ਮੈਡੀਕਲ ਐਮਰਜੈਂਸੀ ਲੈਣ ਲਈ, ਡਾਕਟਰ ਸਾਹਿਬ ਦੇ ਬਾਜ਼ਾਰ ਜਾਣ ਲਈ। ਰੱਬ ਨਾ ਕਰੇ ਇਸ ਬਾਜ਼ਾਰ ਦੇ ਵਿੱਚ ਕਿਧਰੇ ਕੋਈ ਅਗਜਣੀ ਹੋ ਜਾਏ, ਅੱਗ ਲੱਗ ਜਾਏ ਤਾਂ ਫਾਇਰ ਬ੍ਰਿਗੇਡ ਜਿਹੜੀ ਹੈ ਜੀ ਉਹ 2-2.5 ਘੰਟੇ ਬਾਅਦ ਪਹੁੰਚੇਗੀ ਅਤੇ ਉਹਨਾਂ ਨੁਕਸਾਨ ਹੋਣਾ ਬਚੇਗਾ ਜੀ। ਫਿਰ ਤੀਜੀ ਗੱਲ ਸੁਣੋ ਜੀ, ਇਹ ਜਿਹੜੇ ਬੰਦੇ ਨੇ ਇਹਨਾਂ ਨੇ ਆਲੇ ਇਸ ਢੰਗ ਨਾਲ ਰੇਹੜੀਆਂ ਲਾ ਦਿੰਦੇ ਨੇ ਵੀ ਅਗਰ ਕੋਈ ਲੁੱਟ ਖੋ, ਕੋਈ ਗੰਦੀ ਵਾਰਦਾਤ, ਕੋਈ ਅਪਰਾਧਿਕ ਘਟਨਾ ਇਸ ਬਾਜ਼ਾਰ 'ਚ ਹੋ ਜਾਂਦੀ ਹੈ ਅਤੇ ਜਿਹੜਾ ਨਾ ਜੀ ਵੀ ਪੁਲਿਸ ਜਿਹੜਾ ਨਾ ਇੱਥੇ ਉਹ ਨਹੀਂ ਪਹੁੰਚ ਸਕਦੀ। ਸ਼ਾਮ ਨੂੰ ਜਿਹੜਾ ਹਾਲਾਤ ਇਹ ਬਣ ਜਾਂਦੇ ਜੀ, ਗੰਦਗੀ ਜਿਹੜੀ ਹੈ ਉਹ ਇੱਥੇ ਇੰਨੀ ਹੁੰਦੀ ਹੈ ਰੇਹੜੀਆਂ ਵਾਲਿਆਂ ਵੱਲੋਂ ਮਚਾਈ ਗਈ ਵੀ ਸਿਹਤ ਵਿਭਾਗ ਵੱਲੋਂ ਡਰਾਈਵ ਚਲਾਈ ਗਈ ਜੀ ਡੇਂਗੂ ਅਤੇ ਮਲੇਰੀਆ ਦੇ ਵਿਰੋਧ ਦੇ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਨਾ। ਅਤੇ ਇੱਥੇ ਹਾਲਾਤ ਇਹ ਨੇ ਵੀ ਸ਼ਾਮ ਨੂੰ ਕੋਈ ਨਾ ਕੋਈ ਦੁਕਾਨਦਾਰ ਜਿਹੜਾ ਕੋਈ ਆਪਦੇ ਘਰੇ ਡੇਂਗੂ ਲੈ ਚੱਲਿਆ ਅਤੇ ਕੋਈ ਮਲੇਰੀਆ ਲੈ ਚੱਲਿਆ ਅਤੇ ਨਗਰ ਪਰਿਸ਼ਦ ਦੇ ਈਓ ਨੂੰ ਸਿਰਫ ਆਪਦੀ ਚੈਨ ਨਾਲ ਜੀਣ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਜੀ। ਕਾਗਜ਼ਾਂ 'ਚ ਖਾਨਾ ਪੂਰਤੀ ਕਰਦੇ ਪਏ ਨੇ, ਹੋਰ ਕੁਝ ਨਹੀਂ ਕਰ ਰਹੇ। ਅਤੇ ਇਹ ਸਾਡੀ ਮੰਗ ਹੈ ਸਮੂਹ ਦੁਕਾਨਦਾਰਾਂ ਦੀ ਵੀ ਫਾਜ਼ਿਲਕਾ ਦੇ ਵਿੱਚ ਸਖਤੀ ਨਾਲ ਸਟਰੀਟ ਵੈਂਡਰ ਐਕਟ ਲਾਗੂ ਕੀਤਾ ਜਾਵੇ, ਇਹਨਾਂ ਵੀਰਾਂ ਨੂੰ ਇਹਨਾਂ ਦੇ ਰਹਿਣ ਲਈ, ਬਹਿਣ ਲਈ ਅਤੇ ਛਾਂ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਥਾਂ ਦਿੱਤੀ ਜਾਵੇ ਅਤੇ ਸਾਡੀ ਇਹਨਾਂ ਤੋਂ ਜਾਨ ਛੁੜਾਈ ਜਾਵੇ। ਇੱਥੇ 2000 ਰੇਹੜੀ ਲੱਗ ਜਾਂਦੀ ਹੈ ਜੀ, ਕਮ ਸੇ ਕਮ ਸ਼ਾਮ ਨੂੰ 2-2.5 ਹਜ਼ਾਰ ਰੇਹੜੀ ਲੱਗਦੀ ਹੈ ਜੀ। ਅਤੇ ਆਮ ਚੰਗੇ ਪਰਿਵਾਰ ਦੀ ਮਹਿਲਾ ਦਾ ਇੱਥੋਂ ਨਿਕਲਣਾ ਬਹੁਤ ਔਖਾ ਹੈ। ਇਹਨਾਂ ਦੀਆਂ ਫਬਦੀਆਂ ਜਿਹੜੀਆਂ ਨਾ ਜੀ, ਕਹਿੰਦੇ ਵੀ ਪੰਜਾਬੀ 'ਚ ਦੋ
ਸ਼ਬਦ ਨਿਕਲਦੇ ਨੇ, ਦੋ ਮਤਲਬ ਨਿਕਲਦੇ ਨੇ, ਇਹਨਾਂ ਦੀਆਂ ਫਪਤੀਆਂ ਸੁਣ ਕੇ ਬੰਦਾ ਆਮ ਬੰਦਾ ਜਿਹੜਾ ਉਹ ਕੰਨਾ ਚੁੰਗਲਾ ਪਾ ਲੈਂਦਾ, ਮਗਰ ਪ੍ਰਸ਼ਾਸਨ ਜਿਹੜਾ ਸਾਡੇ ਦੁਕਾਨਦਾਰਾਂ 'ਚ ਦਮ ਨਹੀਂ ਵੀ ਅਸੀਂ ਲੜ ਲਈਏ, ਨਾ ਹੀ ਅਸੀਂ ਲੜਨਾ, ਨਾ ਹੀ ਸਾਡੇ 'ਚ ਦਮ ਹੈ, ਮਗਰ ਗੱਲ ਇਹ ਵੀ ਆਮ ਲੋਕਾਂ ਦੀ ਜਿਹੜੀ ਨਾ ਸਮਾਜਿਕ ਜ਼ਿੰਮੇਵਾਰੀ ਨੂੰ ਸਮਝ ਕੇ ਲੋਕਾਂ ਦੇ ਹੱਕ ਲਈ ਫੈਸਲੇ ਕਰਕੇ ਪ੍ਰਸ਼ਾਸਨ ਜਿਹੜਾ ਸਟਰੀਟ ਵੈਂਡਰ ਐਕਟ ਲਾਗੂ ਕਰੇ। ਅੱਜ ਕੀ ਹੋਇਆ ਜੀ? ਸਾਡੇ ਬਿਜ਼ਨਸ ਸਭ ਤੋਂ ਵੱਡੀ ਸਮੱਸਿਆ, ਇੱਥੇ ਸਾਡਾ ਕਸਟਮਰ ਹੀ ਨਹੀਂ ਪਹੁੰਚ ਪਾਉਂਦਾ ਜੀ, ਇੱਥੇ ਨਾ ਸਾਡੀ ਸਮਾਨ ਲੈਣ ਵਾਲਾ ਗੱਡੀ ਨਹੀਂ ਪਹੁੰਚਦੀ, ਕੋਈ ਕੁਛ ਇੰਨਾ ਰਾਤ ਸ਼ਾਮ ਵੇਲੇ ਤਾਂ ਇੰਨਾ ਟ੍ਰੈਫਿਕ ਹੋ ਜਾਂਦਾ, ਇਸ ਕਰਕੇ ਸਾਨੂੰ ਇੰਨੀ ਮੁਸ਼ਕਿਲ ਆ ਰਹੀ ਹੈ ਵੀ ਨਾ ਕੋਈ ਕਸਟਮਰ ਪਹੁੰਚਦਾ, ਨਾ ਕੋਈ ਨਾ ਕੋਈ ਸਾਡੇ ਕੋਲ ਇੱਥੇ ਕੋਈ ਸੁਵਿਧਾ ਮਿਲਦੀ ਹੈ, ਇਸ ਕਰਕੇ ਸਾਨੂੰ ਚਾਹੀਦਾ ਵੀ ਇਹ ਸਾਰੇ ਅਸੀਂ ਰਲ ਕੇ ਅਸੀਂ ਇਕੱਠੇ ਹੋਏ ਹਾਂ ਵੀ ਇਹ ਜਿਹੜੀ ਰੇਹੜੀ ਆ ਸਾਡੇ ਦੂਰ ਕੀਤੀਆਂ ਜਾਣ, ਸਾਰੇ ਸਾਡੇ ਤੋਂ ਇਹਨਾਂ ਨੂੰ ਅਲੱਗ ਜਗ੍ਹਾ ਦਿੱਤੀ ਜਾਵੇ ਜਿੱਥੇ ਇਹ ਆਪਦਾ ਬਿਜ਼ਨਸ ਕਰਨ, ਅਸੀਂ ਆਪਦਾ ਆਰਾਮ ਨਾਲ ਬਿਜ਼ਨਸ ਕਰ ਸਕੀਏ। ਕਿੰਨੇ ਸਮੇਂ ਤੋਂ ਜਿਹੜੀਆਂ ਰੇਹੜੀਆਂ ਲੱਗ ਰਹੀਆਂ, ਕਿੰਨੀ ਕੁ ਸੰਖਿਆ ਹੈ ਇਹਨਾਂ? ਇਹ ਲਗਭਗ ਦੋ, ਜਿਵੇਂ ਭਾਈ ਸਾਹਿਬ ਨੇ ਕਿਹਾ 2000 ਤੋਂ ਉੱਪਰ ਰੇਹੜੀ ਵਾਲਾ ਰਾਤ ਤੋਂ ਹੋ ਜਾਂਦੀਆਂ ਨੇ, ਇੰਨੇ ਹੋ ਜਾਂਦੀਆਂ ਨੇ ਜੀ। ਕੀ ਵਰਾਇਟੀ ਲੱਗਦੀ ਹੈ ਨਾਲ ਤੇ ਸਬਜ਼ੀ ਵਿੱਚ? ਸਬਜ਼ੀਆਂ ਨੇ, ਫਰੂਟ ਨੇ ਜੀ, ਹੋਰ ਵੀ ਕਈ ਵੇਖੋ ਵਿਖਾਈ ਹੋਰ ਵੀ ਬਹੁਤ ਜਿੰਨੇ ਪਹੁੰਚ ਜਾਂਦੇ ਨੇ ਜੀ। ਤੁਸੀਂ ਗੱਲਬਾਤ ਕੀਤੀ ਇਹਨਾਂ ਨਾਲ? ਇਹਨਾਂ ਨੂੰ ਬਈ ਬੜੀ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ, ਵੀ ਇਹਨਾਂ ਨੂੰ ਕਿਹਾ ਵੀ ਸਾਨੂੰ ਮੁਸ਼ਕਿਲ ਆਉਂਦੀ ਹੈ, ਕੋਈ ਸਾਡਾ ਕਸਟਮਰ ਆਉਂਦਾ ਹੈ ਸਾਨੂੰ ਬਿਜ਼ਨਸ ਕਰਨ ਲੱਗੇ ਬਹੁਤ ਮੁਸ਼ਕਿਲ ਆਉਂਦੀ ਹੈ, ਪਰ ਇਹ ਨਾ ਇਹ ਮੰਨਦੇ ਨੇ ਨਾ ਅਸੀਂ ਇਹਨਾਂ ਨਾਲ ਜ਼ਿਆਦਾ ਬਹਿਸ ਕਰ ਸਕਦੇ, ਕਿਉਂ ਇਹ ਥੋੜ੍ਹੇ ਸੁਭਾਅ ਦੇ ਹੋਰ ਤਰ੍ਹਾਂ ਦੇ ਹੁੰਦੇ ਨੇ, ਸਾਨੂੰ ਅਸੀਂ ਇਹਨਾਂ ਨਾਲ ਬਹਿਸ ਨਹੀਂ ਕਰ ਸਕਦੇ, ਸਾਡਾ ਕੰਮ ਸਿਰਫ ਬਿਜ਼ਨਸ ਕਰਨਾ, ਅਸੀਂ ਬਿਜ਼ਨਸ ਕਰਦੇ ਹਾਂ। ਹੋਰ ਫੈਸਲਾ ਕੀ ਹੈ? ਫੈਸਲਾ ਇਹ ਵੀ ਇਹਨਾਂ ਨੂੰ ਜਿਹੜਾ ਵੈਂਡਰ ਐਕਟ ਹੈਗਾ, ਸਟਰੀਟ ਵੈਂਡਰ ਐਕਟ, ਉਹ ਲਾਗੂ ਕੀਤਾ ਜਾਵੇ, ਇਸ ਕਰਕੇ ਦੋਵਾਂ ਨੂੰ ਜਿਹੜੇ ਹੈਗੇ ਨੇ ਰੇਹੜੀਆਂ ਵਾਲੇ ਇਹ ਵੀ ਸੌਖੇ ਰਹਿਣਗੇ, ਇਹਨਾਂ ਨੂੰ ਸਾਰੇ ਕਸਟਮਰ ਉੱਥੇ ਪਹੁੰਚ ਜਾਣਗੇ, ਅਸੀਂ ਵੀ ਸੌਖੇ ਰਹਾਂਗੇ, ਸਾਡੇ ਸਾਡੇ ਕਸਟਮਰ ਸਾਡੇ ਕੋਲ ਆਉਣਗੇ, ਸਾਡਾ ਬਿਜ਼ਨਸ ਸਾਡਾ ਉਵੇਂ ਦੇ ਪੁਰਾਣੇ ਤਰ੍ਹਾਂ ਚੱਲੇਗਾ। ਨਹੀਂ ਹੁਣ ਕੀ ਫੈਸਲਾ ਕੀ? ਦੁਕਾਨਾਂ ਬੰਦ ਨੇ? ਦੁਕਾਨਾਂ ਬਿਲਕੁਲ ਬੰਦ, ਸਾਡੇ ਨਿਸ਼ਚਿਤ ਕਾਲ ਵਾਸਤੇ ਦੁਕਾਨਾਂ ਬੰਦ ਨੇ ਜੀ। ਕਿੰਨੀਆਂ ਦੁਕਾਨਾਂ ਨੇ ਜਿਹੜੀਆਂ? ਸਾਡੇ ਲਗਭਗ ਸਾਰੇ ਦੁਕਾਨਦਾਰ ਜਿਹੜੇ ਇੱਥੇ ਇਸ ਏਰੀਏ ਦੇ ਨੇ, ਸਾਡੇ ਨਾਲ ਨੇ ਜੀ, ਆ ਸਾਡੇ ਕੋਲ ਹੀ ਖੜੋਤੇ ਨੇ ਸਾਰੇ ਸਾਰੇ ਨਾਲ ਨੇ। ਭਾਈ ਸਾਹਿਬ ਇਹ ਤਾਂ ਸਾਡੇ ਭਾਈ ਸਾਹਿਬ ਵੱਡੇ ਨਾਲ ਸਰ, ਸਾਨੂੰ ਜਿਵੇਂ ਅਸੀਂ ਇਹਨਾਂ ਨੇ ਸਾਨੂੰ ਹੁਣ ਕਿਹਾ ਅਸੀਂ ਇਹਨਾਂ ਨਾਲ ਆ। ਗੱਲਬਾਤ ਹੋਈ ਹੈ ਖੇੜਾ ਜੀ ਨੂੰ ਬੁਲਾ ਭੇਜ ਰਹੇ ਨੇ ਸਾਹਿਬ, ਉਹ ਦੇਖਦੇ ਹਾਂ ਕੀ ਇਹਦਾ ਰਿਐਕਸ਼ਨ ਦਿੰਦੇ ਨੇ ਜੀ। ਰਾਣਾ ਬਿੰਮਾ, ਅੱਛਾ ਕੀ ਸਮੱਸਿਆ ਹੈ ਜੀ? ਇਹ ਕਹਿ ਰਹੇ ਨੇ ਦੁਕਾਨਾਂ ਬੰਦ ਕਰਤੇ ਤੁਹਾਡੇ ਕਰਕੇ। ਸਮੱਸਿਆ ਇਹ ਜੀ, ਇਹ ਦੁਕਾਨਦਾਰ ਕਹਿੰਦੇ ਨੇ ਵੀ ਰੇਹੜੀ ਇੱਧਰੋਂ ਬਜਾਈ ਜਾਵੇ, ਰੇਹੜੀ ਵਾਲਿਆਂ ਨੂੰ ਬਜਾਣਾ ਚਾਹੁੰਦੇ ਨੇ, ਅਸੀਂ ਕੋਈ ਗਲਤ ਨਹੀਂ ਹੈਗੇ, ਅਸੀਂ ਗਲਤ ਹੋਈਏ ਸਾਡੇ ਛਿੱਤਰ ਮਾਰੋ, ਇਹਨਾਂ ਦਾ ਕਹਿਣ ਦਾ ਮਤਲਬ ਇਹ ਵੀ ਬਾਜ਼ਾਰ ਚੁਕਾਓ, ਰੇਹੜੀ ਵਾਲੇ ਨੇ ਗੰਦ ਪਾਇਆ ਹੋਇਆ, ਸਾਨੂੰ ਬਦਨਾਮ ਕਰਨ ਵਾਸਤੇ ਲੋਕ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਤਾਂ ਧਰਨਾ ਦਿੰਦੇ ਪਏ ਨੇ, ਸਾਡਾ ਕੋਈ ਕਸੂਰ ਹੋਵੇ ਸਾਡੇ ਤੁਸੀਂ ਚਿੱਤਰ ਮਾਰ ਸਕਦੇ ਹੋ, ਠੀਕ ਹੈ? ਸਾਨੂੰ ਕਹਿੰਦੇ ਨੇ ਥਾਂ ਤੁਹਾਨੂੰ ਉੱਥੇ ਮਿਲੇ, ਸਾਨੂੰ ਥਾਂ ਮਿਲੀ ਨਹੀਂ, ਕਿੱਥੇ ਜਾਈਏ ਦੱਸੋ? ਅਸੀਂ ਰੇਹੜੀ ਲਾਹਣ ਵਾਲੇ ਬੰਦੇ ਹਾਂ, ਸਵੇਰੇ 4 ਵਜੇ ਉੱਠਦੇ ਹਾਂ, ਬਹੁ ਜੀ 11 ਵਜੇ ਘਰੇ ਜਾਂਦੇ ਹਾਂ, ਅਜੇ ਵੀ ਅਸੀਂ ਗਲਤ ਹੈਗੇ ਹਾਂ, ਕਿਸੇ ਨੂੰ ਅਸੀਂ ਪੁੱਠਾ ਨਹੀਂ ਬੋਲਦੇ, ਸਾਰਿਆਂ ਨੂੰ ਇੱਜ਼ਤ ਨਾਲ ਬੋਲਦੇ ਹਾਂ, ਮਾਵਾਂ ਭੈਣਾਂ ਸਾਰਿਆਂ ਦੀ ਆਉਂਦੀ ਹੈ, ਕਿਸੇ ਨੂੰ ਪੁੱਠਾ ਨਹੀਂ ਬੋਲਦੇ। ਨਹੀਂ ਉਹ ਕਹਿੰਦੇ ਨੇ ਕਿ ਗੰਦਗੀ ਜਿਹੜੀ ਬਾਜ਼ਾਰ ਦੇ ਅੰਦਰ ਫੈਲਾਉਂਦੇ ਨੇ ਤੇ ਨਾਲੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਤੁਹਾਡੇ ਨਾਲ ਜੀ। ਵੇਖੋ ਜੀ, ਸਾਡਾ ਕਹਿਣ ਦਾ ਮਤਲਬ ਇਹ ਬਾਜ਼ਾਰਾਂ ਵਿੱਚ ਟ੍ਰੈਫਿਕ ਨਾ ਹੋਵੇਗਾ ਉਹ ਬਾਜ਼ਾਰ ਕਾਹਦਾ, ਜਿਹੜੇ ਬਾਜ਼ਾਰ 'ਚ ਟ੍ਰੈਫਿਕ ਨਾ ਹੋਵੇਗਾ ਬਾਜ਼ਾਰ ਰਹੀ ਨਹੀਂ, ਕਿਉਂਕਿ ਬਾਜ਼ਾਰ 'ਚ ਟ੍ਰੈਫਿਕ ਹੋਵੇਗਾ ਜਿੰਨਾ ਕੰਮ ਨਿਕਲੇਗਾ ਉਹਨੇ ਇੰਨਾ ਜਿਹਾ ਫਾਇਲਗਾ, ਫਿਰ ਇਹ ਕੰਮ ਖਤਮ ਹੋਇਆ ਪਿਆ, ਰੁਜ਼ਗਾਰ ਹੈ ਨਹੀਂ, ਕੀ ਕਰੀਏ? ਕਿੰਨੀਆਂ ਰੇਹੜੀਆਂ ਨੇ ਜਿਹੜੀਆਂ ਇੱਥੇ ਲੱਗਦੀਆਂ? ਰੇਹੜੀਆਂ ਜਨਾਬ ਇਹ ਲੱਗਦੀਆਂ ਨੇ ਸਵੇਰੇ ਲੱਗਦੀਆਂ 40-50 ਰੇਹੜੀਆਂ, ਜਿਹੜੇ ਸਾਮੀ ਵਿਚਾਰੇ ਭਈਏ ਬੁਈਏ ਆਉਂਦੇ ਨੇ ਉਹ ਵੀ ਕਿਸੇ ਦੀ ਆਸ 'ਤੇ ਆਉਂਦੇ ਨੇ ਵੀ ਸਾਡਾ ਸੌਦਾ ਵਿਕੇ, ਅਸੀਂ ਸਾਮੀ 200-300 ਰੁਪਏ ਸਾਮੀ ਕਮਾ ਕੇ ਲਿਆਈਏ, ਘਰੇ ਰੋਟੀ ਪਾਣੀ ਚੁੱਕੇ, ਹੱਕ ਬੰਦਾ ਗਰੀਬ ਦਾ,
ਕਿਸੇ ਦੀ ਰੋਟੀ ਨਾ ਛਿੱਲੋ। ਮੈਂ ਤਾਂ ਪਰਮਾਤਮਾ ਨੂੰ ਕਹਿੰਦਾ ਪਰਮਾਤਮਾ, ਹੁਣ ਤੁਹਾਡੀ ਗੱਲਬਾਤ ਹੋਈ ਦੁਕਾਨਦਾਰਾਂ ਨਾਲ, ਤੁਸੀਂ ਆਹਮਣੇ ਸਾਹਮਣੇ ਹੋਏ ਖੜੇ ਜੀ। ਸਾਡੀ ਗੱਲਬਾਤ ਕੋਈ ਨਹੀਂ, ਅਸੀਂ ਆ ਜੀ ਕਿਸੇ ਨੂੰ ਨਹੀਂ ਕਹਿੰਦੇ, ਅਸੀਂ ਤਾਂ ਪਰਮਾਤਮਾ ਨੂੰ ਕਹਿੰਦੇ ਹਾਂ। ਠੀਕ ਹੈ, ਅਸੀਂ ਪਰਮਾਤਮਾ ਉੱਤੇ ਭਰੋਸਾ ਰੱਖਣ ਵਾਲੇ ਬੰਦੇ, ਇਨਸਾਨ ਦੇ ਉੱਤੇ ਭਰੋਸਾ ਰੱਖਾਂਗੇ? ਇਨਸਾਨ ਤਾਂ ਇਨਸਾਨ ਨੂੰ ਮਾਰ ਦੇਗਾ, ਪਰਮਾਤਮਾ ਤੋਂ ਵੱਡਾ ਚੀਜ਼ ਨਹੀਂ। ਬੰਦਾ ਚੰਗਾ ਬੋਲਦੇ ਨੇ, ਦੁਕਾਨਾਂ ਤੇ ਕੰਮ ਬੰਦ ਹੋਇਆ ਪਿਆ ਸਾਡਾ, ਕੋਈ ਨਹੀਂ ਬੰਦ ਹੁੰਦਾ ਬਾਊ ਜੀ। ਸਾਡੇ ਕੋਲ ਦੁਕਾਨਦਾਰ ਸਬਜ਼ੀ ਵਾਲੇ ਕੋਲ ਕੋਈ ਗ੍ਰਾਹਕ ਆਵੇਗਾ, ਉਹ ਵੇਖਿਆ ਵੀ ਕੂਲਰ ਵੀ ਲਿਆਵਾਂਗਾ, ਦਵਾਈਆਂ ਵੀ ਲਿਆਵਾਂਗਾ। ਸਬਜ਼ੀ ਲੈਣ ਲੋਕੀ ਆਉਂਦੇ ਨੇ, ਕੋਈ ਸਮਾਨ ਖਰੀਦਣ ਨਹੀਂ ਆਉਂਦੇ। ਠੀਕ ਹੈ, ਹਰ ਚੀਜ਼ ਲੋਕਾਂ ਨੂੰ ਇੱਥੇ ਮਿਲਦੀ ਹੈ, ਲੋਕੀ ਕਹਿੰਦੇ ਅਸੀਂ ਕਿਉਂ ਜਾਈਏ। ਹੁਣ ਇਹਨਾਂ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦੇਖਦੇ ਹੋ ਜੀ? ਉਹਦਾ ਵੇਖੋ ਜੀ, ਅਸੀਂ ਨਹੀਂ ਵੇਖਦੇ, ਉਹ ਪਰਮਾਤਮਾ ਵੇਖਦਾ। ਠੀਕ ਹੈ, ਇਨਸਾਨ ਦੀ ਅੱਖ ਖੁੱਲੀ ਹੈ, ਇਨਸਾਨ ਆਉਂਦਾ ਥਾਰ ਮਾਰਦੀ ਤੁਹਾਨੂੰ ਕਹਿੰਦੇ, ਸਾਨੂੰ ਕੋਈ ਥਾਂ ਨਹੀਂ ਮਿਲੀ। ਸਾਨੂੰ ਜਗ੍ਹਾ ਦਿੱਤੀ ਜਾਵੇ, ਸਾਈਨ ਕੀਤੇ ਜਾਣ, ਈਓ ਦੇ ਸਾਈਨ, ਠੀਕ ਹੈ, ਅਫਸਰਾਂ ਦੇ ਸਾਈਨ ਹੋਏ, ਰੋਲਾ ਮੁੱਕੇਗਾ ਕਿਵੇਂ ਜੀ? ਜਿਵੇਂ ਰੋਲਾ, ਉਹਦਾ ਪਰਮਾਤਮਾ ਨੂੰ ਪਤਾ ਜੀ, ਇਨਸਾਨ ਦੀ ਕੋਈ ਕਾਤ ਨਹੀਂ ਪਰਮਾਤਮਾ ਦੇ ਅੱਗੇ ਜੀ। ਕੀ ਨਾਂ ਜੀ? ਮੇਰਾ ਨਾਮ ਬੀਮਾ। ਇੱਕ ਸਮੱਸਿਆ ਜਿਹੜੀ ਇਹ ਪੈਦਾ ਹੋ ਗਈ, ਜਿਹਦੇ 'ਚ ਦੁਕਾਨਦਾਰ ਅਤੇ ਰੇਹੜੀ ਵਾਲੇ ਆਹਮਣੇ ਸਾਹਮਣੇ ਹੋ ਗਏ, ਅਤੇ ਰੋਸ ਵਜੋਂ ਜਿਹੜੀ ਦੁਕਾਨਾਂ ਜਿਹੜੀਆਂ ਬੰਦ ਕਰ ਦਿੱਤੀਆਂ ਹੋਈਆਂ ਨੇ, ਉਹ ਕੀ ਮਾਮਲਾ ਕੀ ਹੈ ਜੀ? ਕਿਤੇ ਕਾਰਨ ਕੀ ਹੈ ਜੀ? ਕਿਉਂ ਨਹੀਂ ਉਹਨਾਂ ਨੂੰ ਥਾਂ ਮਿਲੀ ਗਈ ਜੀ? ਸਰ, ਅਸੀਂ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਜੀ, ਮੇਰੀ ਅਬਜਾਲ ਜਿੰਨੇ ਰੇਹੜੀ ਵਾਲੇ ਨੇ ਉਹਨਾਂ ਨੂੰ ਅਸੀਂ ਇੱਕ ਜ਼ਬਰਦਸਤੀ ਸ਼ਿਫਟ ਵੀ ਕੀਤਾ ਹੈ 2-3 ਵਾਰੀ, ਪਰ ਉਹ ਫਿਰ ਦੁਬਾਰਾ ਉੱਥੇ ਖੜ੍ਹੇ ਹੋ ਜਾਂਦੇ ਨੇ। ਅਸੀਂ 3-4 ਜਗ੍ਹਾ ਨਿਰਧਾਰਿਤ ਵੀ ਕੀਤੀਆਂ ਨੇ, ਸਟਰੀਟ ਵੈਂਡਰ ਜ਼ੋਨ ਬਣਾਏ ਨੇ ਜਿਹੜੇ, ਪਰ ਇਹ ਅਸੀਂ ਬਹੁਤ ਵਾਰ ਫੋਰਸ ਕੀਤਾ ਹੈ, ਉੱਥੇ ਰੇਹੜੀ ਵਾਲੇ ਨਹੀਂ ਖੜ੍ਹੇ ਹੁੰਦੇ। ਅੱਜ ਅਸੀਂ ਹੁਣ ਸਪੈਸ਼ਲ ਫਿਰ 3 ਵਜੇ ਡਰਾਈਵ ਚਲਾ ਰਹੇ ਹਾਂ ਇਹਨਾਂ ਨੂੰ ਉੱਥੇ ਸ਼ਿਫਟ ਕਰਨ ਲਈ। ਸਰ, ਉਹ ਤਾਂ ਚਲੋ ਉਹਨਾਂ ਦਾ ਜੋ ਵੀ ਪ੍ਰੋਟੈਸਟ ਕਰ ਸਕਦੇ ਨੇ ਉਹਨਾਂ ਦੇ ਲੈਵਲ 'ਤੇ, ਪਰ ਸਾਡੇ ਵੱਲੋਂ ਅੱਜ ਅੱਗੇ ਵੀ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ, ਅੱਜ ਵੀ ਅਸੀਂ 3 ਵਜੇ ਇਹ ਇੰਕਰੋਚਮੈਂਟ ਡਰਾਈਵ ਚਲਾਵਾਂਗੇ।